ਅਸੀਂ ਡਰਾਈਵ ਦੇ ਤਹਿਤ ਜਿਨ੍ਹਾਂ ਦੇ ਵਿੱਚ ਵੱਖ ਵੱਖ ਮੋਬਾਈਲ ਨਸ਼ੇ ਵਾਲੇ ਅੱਲੇ ਅੰਦਰ ਹੈਗੇ ਜੀ ਤੁਹਾਡੇ ਸਾਹਮਣੇ ਦੇਖੋ ਜੀ ਦੇਖੋ ਕਿ ਪਿਛਲੀ ਸਰਕਾਰਾਂ ਨੇ ਟੈਕਨੋਲੋਜੀ ਲਾਈ ਹੈ ਦੇਖੋ ਠੀਕ ਆ ਕੋਈ ਮੋਬਾਈਲ ਨੀਚੇ ਕੰਨਾਂ ਦੇ ਬਾਹਰ ਕੁਝ ਉਹ ਵੀ ਜਿੰਨਾ ਵੀ ਉਹ ਸਾਰਾ ਕੁਝ ਕਰਵਾ ਰਹੇ ਆ ਤੇ ਅੱਗੇ ਤੋਂ ਇੱਕ ਚੀਜ਼ ਬਹੁਤ ਧਿਆਨ ਰੱਖਣਾ ਗਿਆ ਸੀ ਜਿਹੜੇ ਮੋਬਾਈਲ ਫੋਨ ਜਿਨ੍ਹਾਂ ਚੋਂ ਫੜੇ ਜਾਣਗੇ ਉਹਨਾਂ ਦਾ ਸਿਮ ਕਾਰਡ ਜਿਨ੍ਹਾਂ ਬੰਦਿਆਂ ਦੇ ਨਾਮ ਤੇ ਹੋਊਗਾ ਉਹ ਮੋਬਾਈਲ ਜਿਸ ਉਹਨਾਂ ਤੇ ਕਾਰਵਾਈ ਮੋਬਾਈਲ ਵੀ ਜਿਨ੍ਹਾਂ ਦਾ ਇਹਨਾਂ ਦੇ ਮੋਬਾਈਲ ਤੇ ਜਿਨ੍ਹਾਂ ਦੇ ਨਾਮ ਤੇ ਸਿਮ ਕਾਰਡ ਜਿਨ੍ਹਾਂ ਚੋਂ ਫੜੇ ਜਾਣਗੇ ਉਹਨਾਂ ਤੇ ਵੀ ਅਸੀਂ ਖਰਚ ਕਰਾਂਗੇ ਟੇਕ ਪਾ ਦੱਸਾ ਦਾ ਜਿਹੜਾ 400 ਮੈਗਾ ਸੰਪੂਰਨਤਾ ਦੇ ਵਸਾਰੇ ਮੋਬਾਈਲ ਅੰਦਰ ਕਿੱਦਾਂ ਜਾ ਰਿਹਾ ਸਰ ਕੋਈ ਪੁੱਛਿਆ ਨਹੀਂ ਕਰ ਰਿਹਾ ਅਫਸਰ ਵੀ ਮੋਰ ਅਫਸਰ ਵੀ ਮੋਰ ਤੋਂ ਰਿਹਾ ਤੇ ਕਾਰਵਾਈ ਕਰ ਰਿਹਾ ਜੀ ਅਫਸਰਾਂ ਨੂੰ ਵੀ ਕਾਰਵਾਈ ਕਰੋ ਅਫਸਰਾਂ ਦੇ ਉੱਤੇ ਕਾਰਵਾਈ ਹੋਈ ਹੈ ਤੁਸੀਂ ਅੱਜ ਵੀ ਦੇਖਿਆ ਹੋਊਗਾ ਖਬਰਾਂ 'ਚ ਇੱਕ ਸਾਬਕਾ ਜੇਲ੍ਹ ਸੁਪਰਡੈਂਟ ਸੀਗੇ ਉਹਨਾਂ ਦੀ ਰਿਫਾਇਰ ਕਰ ਦਿੱਤੀ ਗਈ ਹੈ ਹੋਰ ਵੀ ਜਿੰਨੇ ਵੀ ਇਦਾਂ ਦੇ ਦਾਗੀ ਅਫਸਰ ਜਾਂ ਅਫਸਰ ਜਿਨ੍ਹਾਂ ਦਾ ਰੋਲ ਪਾਇਆ ਜਾਊਗਾ ਦੇ ਵਿੱਚ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਨੋ ਮਰਸੀ ਐਟ ਆਲ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਸਰ ਸਰ ਦਾ ਸਾਹਿਬ ਕਿਆ ਕਹਿਸਾ ਅਸੀਂ ਡਰਾਈਵ ਦੇ ਤਹਿਤ ਜਿਨ੍ਹਾਂ ਦੇ ਵਿੱਚ ਵੱਖ ਵੱਖ ਮੋਬਾਈਲ ਨਸ਼ੇ ਵਾਲੇ ਅੱਲੇ ਅੰਦਰ ਹੈਗੇ ਜੀ ਤੁਹਾਡੇ ਸਾਹਮਣੇ ਦੇਖੋ ਜੀ ਦੇਖੋ ਕਿ ਪਿਛਲੀ ਸਰਕਾਰਾਂ ਨੇ ਟੈਕਨੋਲੋਜੀ ਲਾਈ ਹੈ ਦੇਖੋ ਠੀਕ ਆ ਕੋਈ ਮੋਬਾਈਲ ਨੀਚੇ ਕੰਨਾਂ ਦੇ ਬਾਹਰ ਕੁਝ ਉਹ ਵੀ ਜਿੰਨਾ ਵੀ ਉਹ ਸਾਰਾ ਕੁਝ ਕਰਵਾ ਰਹੇ ਆ ਤੇ ਅੱਗੇ ਤੋਂ ਇੱਕ ਚੀਜ਼ ਬਹੁਤ ਧਿਆਨ ਰੱਖਣਾ ਗਿਆ ਸੀ ਜਿਹੜੇ ਮੋਬਾਈਲ ਫੋਨ ਜਿਨ੍ਹਾਂ ਚੋਂ ਫੜੇ ਜਾਣਗੇ ਉਹਨਾਂ ਦਾ ਸਿਮ ਕਾਰਡ ਜਿਨ੍ਹਾਂ ਬੰਦਿਆਂ ਦੇ ਨਾਮ ਤੇ ਹੋਊਗਾ ਉਹ ਮੋਬਾਈਲ ਜਿਸ ਉਹਨਾਂ ਤੇ ਕਾਰਵਾਈ ਮੋਬਾਈਲ ਵੀ ਜਿਨ੍ਹਾਂ ਦਾ ਇਹਨਾਂ ਦੇ ਮੋਬਾਈਲ ਤੇ ਜਿਨ੍ਹਾਂ ਦੇ ਨਾਮ ਤੇ ਸਿਮ ਕਾਰਡ ਜਿਨ੍ਹਾਂ ਚੋਂ ਫੜੇ ਜਾਣਗੇ ਉਹਨਾਂ ਤੇ ਵੀ ਅਸੀਂ ਖਰਚ ਕਰਾਂਗੇ ਟੇਕ ਪਾ ਦੱਸਾ ਦਾ ਜਿਹੜਾ 400 ਮੈਗਾ ਸੰਪੂਰਨਤਾ ਦੇ ਵਸਾਰੇ ਮੋਬਾਈਲ ਅੰਦਰ ਕਿੱਦਾਂ ਜਾ ਰਿਹਾ ਸਰ ਕੋਈ ਪੁੱਛਿਆ ਨਹੀਂ ਕਰ ਰਿਹਾ ਅਫਸਰ ਵੀ ਮੋਰ ਅਫਸਰ ਵੀ ਮੋਰ ਤੋਂ ਰਿਹਾ ਤੇ ਕਾਰਵਾਈ ਕਰ ਰਿਹਾ ਜੀ ਅਫਸਰਾਂ ਨੂੰ ਵੀ ਕਾਰਵਾਈ ਕਰੋ ਅਫਸਰਾਂ ਦੇ ਉੱਤੇ ਕਾਰਵਾਈ ਹੋਈ ਹੈ ਤੁਸੀਂ ਅੱਜ ਵੀ ਦੇਖਿਆ ਹੋਊਗਾ ਖਬਰਾਂ 'ਚ ਇੱਕ ਸਾਬਕਾ ਜੇਲ੍ਹ ਸੁਪਰਡੈਂਟ ਸੀਗੇ ਉਹਨਾਂ ਦੀ ਰਿਫਾਇਰ ਕਰ ਦਿੱਤੀ ਗਈ ਹੈ ਹੋਰ ਵੀ ਜਿੰਨੇ ਵੀ ਇਦਾਂ ਦੇ ਦਾਗੀ ਅਫਸਰ ਜਾਂ ਅਫਸਰ ਜਿਨ੍ਹਾਂ ਦਾ ਰੋਲ ਪਾਇਆ ਜਾਊਗਾ ਦੇ ਵਿੱਚ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਨੋ ਮਰਸੀ ਐਟ ਆਲ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਸਰ ਸਰ ਦਾ ਕਿਆ ਕਹਿਸਾ ਅਸੀਂ ਡਰਾਈਵ ਦੇ ਤਹਿਤ ਜਿਨ੍ਹਾਂ ਦੇ ਵਿੱਚ ਵੱਖ ਵੱਖ ਮੋਬਾਈਲ ਨਸ਼ੇ ਵਾਲੇ ਅੱਲੇ ਅੰਦਰ ਹੈਗੇ ਜੀ ਤੁਹਾਡੇ ਸਾਹਮਣੇ ਦੇਖੋ ਜੀ ਦੇਖੋ ਕਿ ਪਿਛਲੀ ਸਰਕਾਰਾਂ ਨੇ ਟੈਕਨੋਲੋਜੀ ਲਾਈ ਹੈ ਦੇਖੋ ਠੀਕ ਆ ਕੋਈ ਮੋਬਾਈਲ ਨੀਚੇ ਕੰਨਾਂ ਦੇ ਬਾਹਰ ਕੁਝ ਉਹ ਵੀ ਜਿੰਨਾ ਵੀ ਉਹ ਸਾਰਾ ਕੁਝ ਕਰਵਾ ਰਹੇ ਆ ਤੇ ਅੱਗੇ ਤੋਂ ਇੱਕ ਚੀਜ਼ ਬਹੁਤ ਧਿਆਨ ਰੱਖਣਾ ਗਿਆ ਸੀ ਜਿਹੜੇ ਮੋਬਾਈਲ ਫੋਨ ਜਿਨ੍ਹਾਂ ਚੋਂ ਫੜੇ ਜਾਣਗੇ ਉਹਨਾਂ ਦਾ ਸਿਮ ਕਾਰਡ ਜਿਨ੍ਹਾਂ ਬੰਦਿਆਂ ਦੇ ਨਾਮ ਤੇ ਹੋਊਗਾ ਉਹ ਮੋਬਾਈਲ ਜਿਸ ਉਹਨਾਂ ਤੇ ਕਾਰਵਾਈ ਮੋਬਾਈਲ ਵੀ ਜਿਨ੍ਹਾਂ ਦਾ ਇਹਨਾਂ ਦੇ ਮੋਬਾਈਲ ਤੇ ਜਿਨ੍ਹਾਂ ਦੇ ਨਾਮ ਤੇ ਸਿਮ ਕਾਰਡ ਜਿਨ੍ਹਾਂ ਚੋਂ ਫੜੇ ਜਾਣਗੇ ਉਹਨਾਂ ਤੇ ਵੀ ਅਸੀਂ ਖਰਚ ਕਰਾਂਗੇ ਟੇਕ ਪਾ ਦੱਸਾ ਦਾ ਜਿਹੜਾ 400 ਮੈਗਾ ਸੰਪੂਰਨਤਾ ਦੇ ਵਸਾਰੇ ਮੋਬਾਈਲ ਅੰਦਰ ਕਿੱਦਾਂ ਜਾ ਰਿਹਾ ਸਰ ਕੋਈ ਪੁੱਛਿਆ ਨਹੀਂ ਕਰ ਰਿਹਾ ਅਫਸਰ ਵੀ ਮੋਰ ਅਫਸਰ ਵੀ ਮੋਰ ਤੋਂ ਰਿਹਾ ਤੇ ਕਾਰਵਾਈ ਕਰ ਰਿਹਾ ਜੀ ਅਫਸਰਾਂ ਨੂੰ ਵੀ ਕਾਰਵਾਈ ਕਰੋ ਅਫਸਰਾਂ ਦੇ ਉੱਤੇ ਕਾਰਵਾਈ ਹੋਈ ਹੈ ਤੁਸੀਂ ਅੱਜ ਵੀ ਦੇਖਿਆ ਹੋਊਗਾ ਖਬਰਾਂ 'ਚ ਇੱਕ ਸਾਬਕਾ ਜੇਲ੍ਹ ਸੁਪਰਡੈਂਟ ਸੀਗੇ ਉਹਨਾਂ ਦੀ ਰਿਫਾਇਰ ਕਰ ਦਿੱਤੀ ਗਈ ਹੈ ਹੋਰ ਵੀ ਜਿੰਨੇ ਵੀ ਇਦਾਂ ਦੇ ਦਾਗੀ ਅਫਸਰ ਜਾਂ ਅਫਸਰ ਜਿਨ੍ਹਾਂ ਦਾ ਰੋਲ ਪਾਇਆ ਜਾਊਗਾ ਦੇ ਵਿੱਚ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਨੋ ਮਰਸੀ ਐਟ ਆਲ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਸਰ ਸਰ ਦਾ ਕਿਆ ਕਹਿਸਾ